ਹਾਂਜੀ 1674 ਦੇ ਉੱਤੇ ਸਾਰੇ ਹੀ ਲਿਸਨਰਸ ਦਾ ਦੋਸਤੋ ਸਵਾਗਤ ਹੈ। ਭਾਰਤੀ ਹਾਕੀ ਦੀ ਜਦੋਂ ਗੱਲ ਹੁੰਦੀ ਹੈ ਉਦੋਂ ਜੂਨੀਅਰ ਹਾਕੀ ਦੀ ਵੀ ਗੱਲ ਹੁੰਦੀ ਹੈ, ਮਹਿਲਾ ਹਾਕੀ ਦੀ ਵੀ ਗੱਲ ਅਸੀਂ ਕਰਦੇ ਹਾਂ, ਪੁਰਸ਼ ਹਾਕੀ ਦੀ ਵੀ ਗੱਲ ਅਸੀਂ ਹੈ ਜਿਹੜੀ ਉਹ ਜ਼ਰੂਰ ਕਰਦੇ ਹਾਂ। ਇਸ ਸਭ ਦੇ ਵਿੱਚ ਆਪਣੇ ਤਜਰਬੇ ਦੇ ਨਾਲ ਜਿਨ੍ਹਾਂ ਨੇ ਵੱਡਾ ਨਾਮ ਨਾ ਖੱਟਿਆ ਕੋਚ ਹਰਿੰਦਰ ਸਿੰਘ, ਉਹ ਸਾਡੇ ਨਾਲ ਅੱਜ ਮੌਜੂਦ ਨੇ। ਭਾਰਤੀ ਜੂਨੀਅਰ ਹਾਕੀ ਟੀਮ ਨੂੰ ਬਹੁਤ ਲੰਬੇ ਅਰਸੇ ਬਾਅਦ ਵਿਸ਼ਵ ਜੇਤੂ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ। ਕਾਮਨਵੈਲਥ ਖੇਡਾਂ ਦੇ ਵਿੱਚ ਜਦੋਂ ਅਸੀਂ ਲੜਕੀਆਂ ਦੀ ਪਰਫੋਰਮੈਂਸ ਦੀ ਗੱਲ ਕਰਦੇ ਹਾਂ ਤਾਂ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਬੀਤੀਆਂ ਗੋਲਡ ਕੋਸਟ ਕਾਮਨਵੈਲਥ ਗੇਮਸ ਦੇ ਵਿੱਚ ਜਿਹੜੀ ਉਹ ਇਹਨਾਂ ਦੀ ਰਹਿਨਮਾਈ ਦੇ ਥੱਲੇ ਦਿੱਤੀ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਹਰਿੰਦਰ ਜੀ ਤੁਹਾਡਾ ਰੇਡੀਓ ਹਾਂਜੀ 'ਤੇ। ਸਤਿ ਸ਼੍ਰੀ ਅਕਾਲ ਜੀ, ਮੇਰੀ ਤਰਫ ਸੇ ਬਹੁਤ ਬਹੁਤ ਧੰਨਵਾਦ ਮੈਲਬੋਰਨ ਵਾਸਤੇ ਅਤੇ ਸਾਰੇ ਆਸਟ੍ਰੇਲੀਅਨ ਸਰੋਤਾਵਾਂ ਨੂੰ। ਬਹੁਤ ਸ਼ੁਕਰੀਆ ਭਾਅ ਜੀ। ਔਰ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ, ਇੱਕ ਰਵਾਇਤੀ ਸਵਾਲ ਹੋ ਜਾਂਦਾ ਜਦੋਂ ਤੁਸੀਂ ਕੋਚਿੰਗ ਦੇ ਕਰੀਅਰ ਦੇ ਨਾਲ ਸੰਬੰਧਿਤ ਹੋ, ਕਿੱਥੇ ਖੜੀ ਲੱਗਦੀ ਆ ਇਸ ਵੇਲੇ ਤੁਹਾਨੂੰ ਭਾਰਤੀ ਹਾਕੀ? ਟੂ ਬੀ ਓਨੈਸਟ, ਅਗਰ ਮੈਂ ਅਸੈਸ ਕਰਾਂਗਾ ਵਰਲਡ ਹਾਕੀ ਅਤੇ ਇੰਡੀਅਨ ਹਾਕੀ, ਮੇਰੇ ਖਿਆਲ ਸੇ ਇਸ ਸਮੇਂ ਜੋ ਇੰਡੀਅਨ ਹਾਕੀ ਟੀਮ ਹੈਗੀ ਲਾਸਟ 2-3 ਈਅਰਸ ਵਨ ਆਫ ਦਾ ਟੋਪ 4 ਜੋ ਬੈਸਟ ਟੀਮ ਹੈਗੀ ਉਹ ਇੰਡੀਅਨ ਹਾਕੀ ਇਸ ਸਮੇਂ ਉੱਥੇ ਖੜੀ ਹੈਗੀ। ਨੋਟ ਇਨ ਓਨਲੀ ਦਾ ਮੈਂ ਕਹਿ ਰਹੇਗਾ, ਮੈਂ ਗਰੰਟੀ ਸੇ ਕਹਿ ਸਕਦਾ ਫਿਟਨੈਸ ਵਾਈਜ ਦ ਟੀਮ ਹੈਜ਼ ਇੰਪਰੂਵ, ਵਨ ਆਫ ਦਾ ਫਿਟੈਸਟ ਟੀਮ ਇਨ ਦਾ ਵਰਲਡ ਇਜ਼ ਇੰਡੀਅਨ ਟੀਮ ਸਕਿੱਲ ਵਾਈਜ਼। ਐਂਡ ਦ ਬੈਸਟ ਇੰਪੋਰਟੈਂਟ ਥਿੰਗ ਇਜ਼ ਜੋ ਮਨਪ੍ਰੀਤ ਸਿੰਘ ਕੀ ਜੋ ਇੱਕ ਟੀਮ ਹੈ ਉਹ ਜੋ ਹੰਗਰ ਹੈ ਉਹ ਮੈਂ ਦੇਖ ਸਕਦਾ ਹੈ ਲਾਸਟ 2 ਈਅਰਸ ਸੇ, ਦੇ ਵਾਂਟ ਟੂ ਅਚੀਵ। ਇਹ ਮੇਰੇ ਖਿਆਲ ਸੇ ਟੀਮ ਟੋਕਿਓ ਓਲੰਪਿਕ ਮੈਂ, ਮੇਰਾ ਆਪਣੀ ਭਵਿੱਖਬਾਣੀ ਹੈਗੀ ਕਿ ਇਹ ਟੀਮ ਇੱਕ ਪੋਡੀਅਮ ਪਰ ਜ਼ਰੂਰ ਖੜੀ ਹੋਵੇਗੀ, ਉਹ ਕਿਹੜਾ ਪੋਡੀਅਮ ਹੈਗਾ ਉਹ ਪਲੇਅਰ ਹੈਜ਼ ਟੂ ਡਿਸਾਈਡ, ਬਟ ਆਈ ਐਮ 100% ਸ਼ੋਰ ਦਿਸ ਟੀਮ ਇਜ਼ ਕੈਪੇਬਲ ਟੂ ਸਟੈਂਡ ਐਂਡ ਗੈਟ 1 ਮੈਡਲ ਇਨ ਦੇਅਰ ਨੈਕ। ਅੱਛਾ, ਪੋਡੀਅਮ ਵਰਡ ਤਾਂ ਮੈਨੂੰ ਯਾਦ ਆਇਆ, ਤੁਹਾਡਾ ਮੋਟੋ ਹੁੰਦਾ ਸੀ ਪੋਡੀਅਮ ਫਿਨਿਸ਼ ਜਦੋਂ ਕੋਚਿੰਗ ਕਰੀਅਰ ਦੀ ਆਪਾਂ ਗੱਲ ਕਰਦੇ ਹਾਂ ਭਾਰਤੀ ਟੀਮਸ ਦੇ ਨਾਲ, ਭਾਵੇਂ ਉਹ ਮਹਿਲਾ ਹਾਕੀ ਟੀਮ ਹੋਵੇ, ਭਾਵੇਂ ਉਹ ਜੂਨੀਅਰ ਹਾਕੀ ਟੀਮ ਹੋਵੇ, ਭਾਵੇਂ ਪੁਰਸ਼ ਹਾਕੀ ਟੀਮ। ਕੀ ਲੱਗਦਾ ਜਿਹੜੇ ਪਿਛਲੇ ਵਰਲਡ ਕੱਪ ਲੰਘੇ ਨੇ, ਵਰਲਡ ਲੈਵਲ ਦੇ ਈਵੈਂਟਸ ਲੱਗੇ ਨੇ, ਚੈਂਪੀਅਨਸ ਲੀਗ ਹੋਈ ਆ ਜਾਂ ਹੁਣ ਅਸੀਂ FIH ਪ੍ਰੋ ਲੀਗ ਦੇ ਵਿੱਚ ਵੀ ਜਾਣਾ, ਉਹਨੂੰ ਆਪਾਂ ਹਾਲ ਦੀ ਘੜੀ ਛੱਡ ਵੀ ਦੇ, ਪਰ ਜਿਹੜੇ ਈਵੈਂਟਸ ਨਿਕਲ ਚੁੱਕੇ ਨੇ ਉਹਨਾਂ ਦੇ ਉੱਤੇ ਸਾਡਾ ਪੋਡੀਅਮ ਫਿਨਿਸ਼ ਨਾ ਹੋਣਾ, ਈਵਨ ਇੱਕ ਇਹੋ ਜਿਹਾ ਈਵੈਂਟ ਹੈ ਸੁਲਤਾਨ ਅਜਲਾਨ ਸ਼ਾਹ, ਉਹਦੇ ਵਿੱਚ ਵੀ ਆਪਾਂ ਕਨਵਿੰਸਿੰਗ ਪਰਫੋਰਮੈਂਸ ਨਹੀਂ ਕਰ ਸਕਦੇ, ਕੀ ਵਜ੍ਹਾ ਹੈ? ਇੱਕ ਤਾਂ ਫਰੀਕੁਐਂਟ ਚੇਂਜ ਆਫ ਦਾ ਪਲੇਅਰਸ, ਮੈਂ ਮੰਨਦਾ ਹੈ ਕਿ ਕੁਛ ਸਾਲਾਂ 'ਚ ਜੋ ਐਕਸਪੀਰੀਅੰਸ ਪਲੇਅਰ ਥੇ ਕਦ ਉਹਨਾਂ ਦਾ ਸਰਵਿਸ ਆਪਾਂ ਮਿਸ ਕੀਤੇ ਹੋਣਗੇ। ਸੈਕਿੰਡ ਜੋ ਮੇਰਾ ਆਪਣਾ ਜੋ ਐਨਾਲਿਸਿਸ ਹੈ, ਲਾਈਕ ਮੇਰੇ ਵਾਸਤੇ ਇੱਕ ਸੈਟਬੈਕ ਹੈਗਾ ਏਸ਼ੀਅਨ ਗੇਮ ਗੋਲਡ ਮੈਡਲ ਨਾ ਜਿੱਤਣਾ, ਮੈਂ ਕਹਿੰਦਾ ਵੀ ਆਰ ਦ ਵਨ ਆਫ ਦਾ ਬੈਸਟ ਟੀਮ, ਵੀ ਸਕੋਰ ਦਾ ਹਾਈਐਸਟ ਗੋਲ 83 ਗੋਲਸ ਇਨ ਐਨੀ ਏਸ਼ੀਅਨ ਗੇਮ, ਵਿਚ ਇਜ਼ ਦਾ ਵਰਲਡ ਰਿਕਾਰਡ, ਬ੍ਰੇਕਿੰਗ ਦਾ 86 ਈਅਰਸ ਕੰਪਟੀਸ਼ਨ, ਸਕੋਰਿੰਗ ਮੋਰ ਦੈਨ 24 ਗੋਲ ਇਨ ਦਾ ਵਰਲਡ, ਇੰਡੀਆ ਨੇ ਸਾਰਾ, ਲੇਕਿਨ ਜੋ ਸੈਮੀਫਾਈਨਲ ਦਾ ਉਹ ਇੱਕ 5 ਮਹੀਨੇ ਦਾ ਲੰਮਾ ਸੀਗਾ, ਉਹ ਮੇਰੇ ਖਿਆਲ ਸੇ ਵਨ ਆਫ ਦਾ ਵਰਸਟ ਪਾਰਟ ਇਨ ਮਾਈ ਕੈਰੀਅਰ, ਕੋਚਿੰਗ ਕੈਰੀਅਰ, ਮੈਂ ਐਕਸਪੈਕਟ ਕਰਤਾ ਨਹੀਂ ਸੀ ਕਿ ਮੈਂ ਉਹ ਗੋਲਡ ਹਾਰਾਂਗਾ। ਜੋ ਵਰਲਡ ਕੱਪ ਜਾ ਇੱਕ ਸੀਗਾ, ਮੈਂ ਇੰਟਾਇਰਲੀ ਜੋ ਸਿਲੈਕਟਰ ਹੈਗੇ ਬਲੇਮ ਕਰਨਾ ਹੈ ਕਿ ਉਹ ਡਰੋਪ ਕਰਨਾ ਸਰਦਾਰ ਸਿੰਘ ਰੁਪਿੰਦਰ ਸਿੰਘ ਵਾਜਵਾ ਦਾ ਮੋਸਟ ਮੇਰੇ ਖਿਆਲ ਸੇ ਅਨਕਾਲਡ ਡਿਮਾਂਡ ਸੀਗਾ, ਜੋ ਮੈਂ ਹਾਲੇ ਵੀ ਰਿਗਰੈਟ ਕਰਦਾ ਹੈ ਕਿ ਮੈਨੂੰ ਉਸੇ ਦਿਨ ਜਿਹੜਾ ਦਿਨ ਉਹ ਡਿਸਾਈਡ ਕੀਤੇ ਸੀ ਕਿ ਆਪਾਂ ਸਰਦਾਰਾ ਅਤੇ ਰੁਪਿੰਦਰ ਡਰੋਪ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਦ ਡੇ ਦੇ ਡਿਸਾਈਡਡ ਆਈ ਸ਼ੁੱਡ ਹੈਵ ਸਟੈਪ ਡਾਊਨ ਐਜ਼ ਅ ਕੋਚ, ਤੋ ਮੈਂ ਵੀ ਉਹਦਾ ਪਾਰਟ ਸੀਗਾ, ਮੈਂ ਬਲੇਮ ਲੈਂਦਾ ਹੈ ਕਿ ਉਹ ਮੈਨੂੰ ਖੁਦ ਹਟ ਜਾਣਾ ਚਾਹੀਦਾ। ਅਗਰ ਸਰਦਾਰਾ ਕਲੀਅਰ ਪਲੇਅਰ ਲਾਈਕ ਸਰਦਾਰਾ ਰੁਪਿੰਦਰ ਇਜ਼ ਨੋਟ ਪਾਰਟ ਆਫ ਦਾ ਵਰਲਡ ਕੱਪ, ਆਈ ਥਿੰਕ ਹਰਿੰਦਰ ਸ਼ੁੱਡ ਬੀ ਆਲਸੋ ਨੋਟ ਪਾਰਟ ਆਫ ਦਾ ਵਰਲਡ ਕੱਪ। ਉਹ ਅਨੁ ਹੀ ਅਗਰ ਤੁਸੀਂ ਦੇਖੋ ਸੈਮੀਫਾਈਨਲ ਕੁਆਟਰ ਫਾਈਨਲ ਜੋ ਆਪਾਂ 2-1 ਸੇ ਹਾਰੇ ਹੋਲੈਂਡ ਸੇ, ਦੈਟ ਵਾਜ ਦਾ ਡਿਫਰੈਂਸ ਬਿਟਵੀਨ ਦਾ ਵਨ ਐਕਸਪੀਰੀਅੰਸ ਟੀਮ ਐਂਡ ਦਾ ਅਨਐਕਸਪੀਰੀਅੰਸ ਇਨ ਦਾ ਮਿਡਫੀਲਡਰ ਐਂਡ ਦਾ ਡਿਫੈਂਸ ਇਜ਼ ਦਾ ਰੁਪਿੰਦਰ ਐਂਡ ਦਾ ਸਰਦਾਰ। ਅੱਛਾ, ਜਿਹੜੀ ਹੁਣ ਤੁਸੀਂ ਵਰਲਡ ਕੱਪ ਦੀ ਗੱਲ ਕੀਤੀ ਹੈ, ਪਲੇਅਰਸ ਦੀ ਨੂੰ ਰਿਟੇਨ ਕਰਨ ਦੀ, ਕੀ ਪਲੇਅਰਸ ਨੂੰ ਸਾਈਡ ਲਾਈਨ ਕਰਨ ਦੀ ਗੱਲ ਕੀਤੀ ਹੈ, ਬਟ ਇੰਡੀਅਨ ਹਾਕੀ ਦੇ ਵਿੱਚ ਜਿਹੜਾ ਇੱਕ ਹੋਰ ਕਲਚਰ ਹੈ ਕੋਚਿਸ ਨੂੰ ਸਾਈਡ ਲਾਈਨ ਕਰਨ ਦਾ, ਪਿਛਲੇ 25 ਸਾਲ ਦੇ ਵਿੱਚ 24 ਕੋਚ ਨੇ ਜਿਹੜੇ ਉਹ ਆਪਾਂ ਐਕਸਪੀਰੀਅੰਸ ਕਰ ਚੁੱਕੇ ਹਾਂ, ਟੀਮਾਂ ਦੀ ਜਦੋਂ ਗਰੋਥ ਦੇਖੀ ਦੀ ਹੈ, ਜਿਹਨਾਂ ਟੀਮਾਂ ਦੇ ਨਾਲ ਆਪਾਂ ਕੰਪੀਟ ਕਰਦੇ ਹਾਂ ਉਹਨਾਂ ਦੇ ਲੌਂਗ ਟਰਮ ਪਲੈਨ ਹੁੰਦੇ ਆ, ਹਾਲਾਂਕਿ ਤੁਸੀਂ ਆਪਣੇ ਵੱਲੋਂ ਵੀ ਕਿਹਾ ਕਿ ਜਿਹੜੇ ਡਿਸੀਜ਼ਨ ਇਹੋ ਜਿੱਥੇ ਤੁਹਾਨੂੰ ਖੁਦ ਸਟੈਪ ਡਾਊਨ ਕਰਨਾ ਚਾਹੁੰਦੇ, ਬਟ ਇਸ ਦੇ ਬਾਵਜੂਦ ਵੀ ਤੁਹਾਡੀ ਪਰਫੋਰਮੈਂਸ ਹੈ ਜਿਹੜੀ ਉਹ ਕਰੰਟ ਇਹੋ ਜਿਹੇ ਕੋਚ ਨੇ ਜਿਹੜੇ ਉਹਨਾਂ ਦੇ ਨਾਲੋਂ ਬਿਹਤਰ ਹੋਣ ਦੇ ਬਾਵਜੂਦ ਵੀ ਜਿਹੜੇ ਡਿਸੀਜ਼ਨ ਲਏ ਗਏ ਨੇ ਉਹਨਾਂ 'ਤੇ ਕੀ ਕਹਿੰਦੇ?
मेरे ख्याल से द चेंज ऑफ द कोचेज दैट्स ओनली द कंसिस्टेंसी मैं कह सकता है ग्राफ है जो इंडियन हॉकी मेंटेन कर दी है एंड आई टोटली एग्री विद दैट एंड दैट आई आल्सो फील दैट नाउ द टाइम हैज कम द इंडियन हॉकी रिक्वायर्ड दैट वन लॉन्ग टर्म कोच एंड आई थिंक द प्रेजेंट कोच ग्राहम रीड ही डिजर्व टू बी गिवन द मिनिमम 4 years नॉट द 2020 इफ एनीथिंग हैपन इन द टोक्यो Though I am very much confident they will win the one medal, he should continue at least 2023 World Cup. And then you can see that change of the Indian team and change in the color of the medal, which is very important. This set of the Graham Reed nu the full main Hockey India ta ek aur darkhast karunga tware channel madhyam se ki jo selector henge, the time has come to throw them out. Let the Graham Reed to take the all calls of the selection of the players in the camp and the selection of the players in the team. And once he will take, I am 100% sure, what the billions of Indians and abroad the Indians who really loves the Indian team can get the medal. And so only possible, we are giving each and every festival facilities like accommodation, monetary-wise, promotion-wise, everything current players are getting. And thanks to Hockey India. But the only thing the Hockey India has to take out from that is the selectors. And I think that the Graham Reed is the right person to select his team and represent for the country. So, ek junior hockey nu vi tusi experience kita jadon apa selectors di gal comparison karde haan. ਜੂਨੀਅਰ ਹਾਕੀ ਦੇ ਵਿੱਚ ਤੁਸੀਂ ਆਪਣਾ ਸੈੱਟ ਬਣਾਇਆ ਉਸ ਦੇ ਵਿੱਚ ਰਿਜ਼ਲਟ ਸਾਡੇ ਸਾਹਮਣੇ ਆ ਅਸੀਂ ਵਰਲਡ ਚੈਂਪੀਅਨ ਹੋ ਕੇ ਵਾਪਸ ਆਏ ਹਾਂ ਪਰ ਜਦੋਂ ਅਸੀਂ ਸੀਨੀਅਰ ਸੈੱਟ ਦੀ ਗੱਲ ਕਰਦੇ ਹਾਂ ਸਿਲੈਕਟਰਸ ਦੀ ਕਿੰਨੀ ਕੁ ਜ਼ਿਆਦਾ ਇੰਟਰਫੇਰੈਂਸ ਰਹਿੰਦੀ ਪਹਿਲੇ ਨਹੀਂ ਸੀਗਾ ਮੈਨੂੰ ਲੱਗਦਾ ਜਦ ਰੋਲਨ ਦਾ ਲਾਸਟ ਐਗਜ਼ਿਟ ਹੋਇਆ ਸੀ ਉੱਥੇ ਸਿਲੈਕਟਰ ਆਪਣਾ ਫੁੱਟ ਡਾਊਨ ਕੀਤੇ ਪਲੱਸ ਇਜ਼ ਲਾਸਟ ਵਰਲਡ ਕੱਪ ਮੈਂ ਵੈਨ ਐਵਰ ਦ ਸਿਲੈਕਟਰ ਇਜ਼ ਪੁਟਿੰਗ ਦ ਪ੍ਰੈਸਰ ਔਨ ਦ ਕੋਚਿਸ ਆਈ ਥਿੰਕ ਦ ਰਿਜ਼ਲਟ ਇਜ਼ ਬਾਊਂਡ ਟੂ ਬੀ कम विच वी डोंट एक्सपेक्ट द रोलिन के साथ भी यही हुआ टेरी वॉस के साथ भी यही हुआ माइकल नॉब के साथ भी यही हुआ मेरे साथ भी यही हुआ तो आई थिंक द सेलेक्टर द होना ही इंडियन सिस्टम से एक कल्प्रिट हैंगे ये मेन कल्प्रिट तो सेलेक्टर ही हैंगे नथिंग नोबडी एल्स ਇੱਕ ਜਿਹੜੀ ਚੀਜ਼ ਬੜੀ ਖਾਸ ਰਹੀ ਹੈ ਕਿ ਇਸ ਤੋਂ ਪਹਿਲਾਂ ਹਮੇਸ਼ਾ ਵਿਦੇਸ਼ੀ ਕੋਚ ਨੇ ਜਿਹੜੇ ਉਹ ਕਹਿੰਦੇ ਰਹੇ ਨੇ ਕਿ ਮਾਈਕਲ ਨੋਬਸ ਤੋਂ ਲੈ ਕੇ ਰੋਲੈਂਡ ਓਲਟਮੈਨਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਹਰ ਇੱਕ ਨੇ ਬਲੇਮ ਹੈ ਜਿਹੜਾ ਉਹ ਬਾਅਦ ਦੇ ਵਿੱਚ ਲਗਾਉਣਾ ਸ਼ੁਰੂ ਕੀਤਾ ਡਿਊਰਿੰਗ ਦ ਟੈਨਿਓਰ ਕਿੰਨਾ ਕੁ ਮੁਸ਼ਕਿਲ ਹੁੰਦਾ ਹਰਿੰਦਰ ਜੀ ਆਪਣੀ ਆਵਾਜ਼ ਨੂੰ ਚੁੱਕਣਾ ਬਹੁਤ ਮੁਸ਼ਕਿਲ ਹੁੰਦਾ ਲੇਕਿਨ ਟੱਚ ਵੁੱਡ ਆਈ ਨੈਵਰ ਫੈਲਟ ਵੈਨ ਆਈ ਵਾਜ਼ ਸਿਲੈਕਟਿੰਗ ਦ ਵੁਮੈਨਸ ਟੀਮ ਵੈਨ ਆਈ ਵਾਜ਼ ਸਿਲੈਕਟਿੰਗ ਦ ਜੂਨੀਅਰ ਟੀਮ It was always whenever whatever the player I used to ask, they simply sign. I don't know what inspired them to drop the Sardara and Rupinder, and some extent SV Sunil also. I was very much interested to take the Sunil also because the tournament was quite far. The doctors was very optimistic to get him fit in the team, and he was very much in the scheme, but. I don't know the who has inspired them to drop the Sardara and the Rupinder and Sunil in the team. And they are the most experienced player which is required the teams like tournaments like the Olympic and the World Cup. ਅੱਛਾ ਜਦੋਂ ਆਪਾਂ ਪਲੇਅਰਸ ਦੀ ਬੈਕਗਰਾਉਂਡ ਦੇਖਦੇ ਹਾਂ ਇੰਡੀਆ ਦੇ ਵਿੱਚ ਟੌਪ ਟੂ ਔਰ ਉਹਦੇ ਮੁਕਾਬਲੇ ਜਦੋਂ ਹਾਕੀ ਦਾ ਮਾਡਲ ਦੇਖਦੇ ਹਾਂ ਐਡਮਿਨਿਸਟ੍ਰੇਟਰ ਲੈਵਲ 'ਤੇ ਟੌਪ ਟੂ ਬੋਟਮ ਜਦੋਂ ਆਪਾਂ ਡਿਸੀਜਨ ਮੇਕਰਸ ਨੇ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਆਸਟ੍ਰੇਲੀਆ 'ਚੋਂ ਅਤੇ ਆਸਟ੍ਰੇਲੀਆ ਦੇ ਹੀ ਉਹ ਐਡਮਿਨਿਸਟ੍ਰੇਟਿਵ ਲੈਵਲ ਦੇ ਬੰਦੇ ਨੇ CEO ਤੋਂ ਲੈ ਕੇ ਹਾਈ ਪਰਫੋਰਮੈਂਸ ਮੈਨੇਜਰ ਤੋਂ ਲੈ ਕੇ ਅਤੇ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਕੋਚ ਦੀ ਕੀ ਲੱਗਦਾ ਕਿੰਨੀ ਕੁ ਜਲਦੀ ਜਿਹੜੇ ਤੁਸੀਂ ਬੜਾ ਨੇੜੇ ਹੋ ਕੇ ਦੇਖਿਆ ਹੋਏਗਾ ਕਿੰਨੀ ਕੁ ਜਲਦੀ ਪਲੇਅਰਸ ਨੇ ਜਿਹੜੇ ਅਡੋਪਟ ਕਰ ਲੈਂਦੇ ਨੇ ਨਵਾਂ ਕੋਚ ਜਿੰਦਾ ਸਾਡੇ ਟ੍ਰੈਂਡ ਚੱਲ ਰਹੇ ਨੇ ਪਲੇਅਰ ਜਲਦੀ ਅਡੋਪਟ ਨਹੀਂ ਕਰ ਪਾਉਂਦੇ ਕਿਉਂਕਿ ਨਾ ਐਵਰੀ ਕੋਚ ਦਾ ਇੱਕ ਸਟਾਈਲ ਹੁੰਦਾ ਹੈ ਪਲੱਸ ਤੋਂ ਇੱਕ ਫੋਰਨ ਕੋਚ ਆਉਂਦਾ ਹੈ ਉਹਨੂੰ ਸਾਈਕਲ ਪਲੇਅਰ ਦੀ ਮੈਂਟੈਲਿਟੀ ਫੈਮਿਲੀ ਬੈਕਗਰਾਊਂਡ ਇਕਨੋਮਿਕ ਬੈਕਗਰਾਊਂਡ ਸੋਸ਼ਲ ਬੈਕਗਰਾਊਂਡ ਇਹ ਫੋਰਨ ਕੋਚਿਸ ਨੂੰ ਸਮਝਣੇ ਮੈਂ ਟਾਈਮ ਲੱਗਦਾ It's very easy to say when they come, then say ki hockey is a single language. Yes, I do understand hockey is a single language when you are on the pitch. But before pitch, you are playing only 60 minutes. But the 23 hours which you have to do all these things like the social background, family background, the economical background, the cultural background. These are the barriers for the foreigners. And I think it's biggest hindrance.
But at the same time, I think this is equally part of the players also to adopt one coach as quick as possible, because the ek kahawat hai ki jo bahu aandi hai onu wo family adopt karna chahida. Aapa expect karte hain ki bahu adopt kare, where she has come only one. So I think there is a family has to adopt, and the player is the I think that they should adopt that coaching system and coaches quickly. It will give the and enhance the results. Prindar ji, last question. ਕੀ ਲੱਗਦਾ ਐਡਮਿਨਿਸਟ੍ਰੇਟਰ ਲੈਵਲ ਦੇ ਉੱਤੇ ਕੇ ਪੀ ਐਸ ਗਿੱਲ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਏਰਾ ਆ ਬੱਤਰਾ ਏਰਾ ਕਦੀ ਦਿਨ ਬਦਲਣਗੇ? ਨਹੀਂ, ਟੀਮ ਤੋਂ ਬਦਲੀ ਹੈਗੀ. ਦੇਖੀਏ, ਇੱਕ ਚੀਜ਼ ਤੋਂ ਫੈਕਟ ਹੈਗਾ, ਬੱਤਰਾ ਜੀ ਜਬ ਆਏ ਹੈਗੇ, ਦੋ ਚੀਜ਼, ਇੱਕ ਐਡਮਿਨਿਸਟ੍ਰੇਸ਼ਨ ਲੈਵਲ ਲਾਈਕ ਦ ਪਲੇਅਰਸ ਵਾਸਤੇ, ਪਹਿਲੇ ਪਲੇਅਰ ਜਾਂਦਾ ਸੀ ਕਿਸੇ ਕੈਂਪ 'ਚ, ਉਹਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਕਦੋਂ ਕੈਂਪ ਸਟਾਰਟ ਹੋਊਗਾ, ਕਿੱਥੇ ਰਿਪੋਰਟ ਕਰਨਾ ਹੈਗਾ, ਕੀ ਖਾਣੇ ਦਾ ਮਿਲੂਗਾ, ਕਿੱਥੇ ਰੁਕਣਾ ਹੈਗਾ. ਇਹ ਸਾਰਾ ਚੀਜ਼ ਤੋਂ ਬਹੁਤ ਅੱਛਾ ਹੋ ਗਿਆ, ਨੋ ਡਾਊਟ ਅਬਾਊਟ ਦਿਟ. ਪਲੱਸ ਦ ਐਚ ਆਈ ਐਲ ਆਨੇ ਸੇ ਦ ਪਲੇਅਰ ਆਜ ਇਹ ਵੀ ਬਲੇਮ ਨਹੀਂ ਕਰ ਸਕਦੇ ਸਾਨੂੰ ਪੈਸੇ ਨਹੀਂ ਮਿਲਦਾ. ਗੌਰਮੈਂਟ ਸੇ ਅਗਰ ਤੁਸੀਂ ਸਪੋਰਟ ਦੇਖੋ, ਮੋਰ ਦੈਨ ਆਈ ਥਿੰਕ ਦ ਇਫ ਦ ਆਲ ਥਰੀ ਟੀਮਸ ਇਫ ਯੂ ਕੰਬਾਈਨ, ਮੋਰ ਦੈਨ 32 crores ਬਜਟ ਸਪੋਰਟਸ ਅਥਾਰਟੀ ਆਫ ਇੰਡੀਆ ਖਰਚ ਕਰਦੀ ਹੈ ਇੰਡੀਵਿਜੁਅਲ ਸਪੋਰਟਸ ਪੇ, ਹਾਕੀ ਪੇ. ਤੋ ਆਈ ਥਿੰਕ ਦ ਗੌਰਮੈਂਟ ਐਂਡ ਦ ਫੈਡਰੇਸ਼ਨ ਸਾਈਡ ਸੇ ਅੱਛਾ ਹੈ. ਓਨਲੀ ਥਿੰਕ ਦ ਵਿਚ ਆਈ ਲੁੱਕ ਇਨ ਦ ਅਦਰ ਥਿੰਗਸ, ਵੈਨ ਦ ਯੂ ਅਪੁਆਇੰਟ ਦ ਕੋਚ, ਲੈਟ ਹਿਮ ਗਿਵ ਦ ਫਰੀ ਹੈਂਡ to select his team, the players and the administration wise, I think we are the far better than most of the country. Monetary wise, I think we are the richest body in the world in the terms of the hockey. And now we start organizing the tournaments like World Cup, so whole country also and whole world is looking towards India. So only thing I think that the responsibility of the coaches has to be enhanced as par with the high performance director. ਬਹੁਤ ਬਹੁਤ ਸ਼ੁਕਰੀਆ ਹਰਿੰਦਰ. ਥੈਂਕ ਯੂ ਐਂਡ ਜੈ ਹਿੰਦ. ਸੋ ਇਹ ਸੰਜੀ ਹਰਿੰਦਰ ਸੀ, ਜਿਨ੍ਹਾਂ ਨੇ ਬੜੀ ਖੁੱਲ੍ਹ ਕੇ ਜਿਹੜੀ ਗੱਲਬਾਤ ਕੀਤੀ ਆ, ਔਰ ਬੜੀ ਸਟੇਟ ਫੋਰਵਰਡ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਹੈ ਕਿ ਇਟਸ ਟਾਈਮ ਟੂ ਥਰੋ ਆਊਟ ਦ ਸਲੈਕਟਰਸ ਟੂ ਗੈਟ ਦ ਫੇਅਰ ਰਿਜ਼ਲਟਸ ਫਰੋਮ ਦ ਇੰਡੀਅਨ ਟੀਮ. ਮੈਂ ਅਮਰਿੰਦਰ ਗਿੱਧਾ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ. ਧੰਨਵਾਦ ਸਾਰਿਆਂ ਦਾ.